ਬਹੁਤ ਆਨੰਦ, ਇੰਨਾ ਵੱਡਾ ਕੱਪ ਹੈ, ਬਹੁਤ ਵਧੀਆ ਜੀ, ਬਹੁਤ ਆਨੰਦ ਆ ਰਿਹਾ। ਕਿੰਨਾ ਵਧੀਆ ਸਜਾਇਆ ਹੋਇਆ ਮਹਾਰਾਜ ਦੀ ਕਿਰਪਾ ਨਾਲ, ਹਜ਼ੂਰ ਸਾਹਿਬ ਦੇ ਬਿਲਕੁਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਹੁੰਚ ਗਏ ਜੀ ਅਸੀਂ ਪੂਨੇ ਦੇ ਏਅਰਪੋਰਟ 'ਤੇ, ਅਤੇ ਤਕਰੀਬਨ 11:55 ਦੀ ਫਲਾਈਟ ਹੈਗੀ ਹੈ। ਨਾਲ ਦੇ ਨਾਲ ਵਲੌਗ ਬਣ ਰਹੇ ਨੇ ਜਿੱਥੇ ਜਿੱਥੇ ਤੁਸੀਂ ਦੇਖ ਰਹੇ ਹੋ। ਸੋ ਅਸੀਂ ਨਿਕਲ ਰਹੇ ਹਾਂ ਜੀ ਹੈਦਰਾਬਾਦ ਲਈ। ਹੈਦਰਾਬਾਦ ਦੀ ਸਾਡੀ ਫਲਾਈਟ 11:55 ਦੀ ਹੈਗੀ ਹੈ, ਅਤੇ ਹੈਦਰਾਬਾਦ ਪਹੁੰਚ ਕੇ ਅਸੀਂ ਤਕਰੀਬਨ ਰਾਤੀ 1:30 ਵਜੇ ਪਹੁੰਚ ਕੇ ਆਰਾਮ ਕਰਾਂਗੇ 6 ਵਜੇ ਤੱਕ। ਬਹੁਤ ਵੱਡਾ ਵਲੌਗ ਅਸੀਂ ਨਹੀਂ ਬਣਾਉਣਾ, ਸ਼ਾਇਦ ਮੈਨੂੰ ਲੱਗਦਾ ਵੱਡਾ ਵਲੌਗ ਬਣੇਗਾ ਵੀ ਨਹੀਂ ਜਿੱਥੇ ਤੱਕ ਅਸੀਂ ਕੁਛ ਕਰ ਨਹੀਂ ਸਕਦੇ, ਇੰਨਾ ਕੁਛ ਜ਼ਿਆਦਾ ਬੋਲਿਆ ਨਹੀਂ। ਬਟ ਹਾਂ, ਇੱਥੇ ਤੋਂ ਥੋੜ੍ਹਾ ਜਿਹਾ ਰੂਟ ਤੁਹਾਨੂੰ ਨਾਲ ਦੇ ਨਾਲ ਜੋੜੀ ਰੱਖਾਂਗੇ, ਅਤੇ ਬਣੇ ਰਹਿਣਾ ਵਲੌਗ 'ਤੇ। ਅੱਜ ਵੀਰ ਜੀ ਸਾਡੇ ਡਿਫਰੈਂਟ ਲੁੱਕ 'ਤੇ ਹੈਗੇ ਨੇ, ਬਹੁਤ ਐਕਸਕਲੂਸਿਵ ਲੁੱਕ ਹੈ ਵੀਰ ਜੀ, ਬਹੁਤ ਘੱਟ ਜੀਨਸ ਵਗੈਰਾ ਪਾਉਂਦੇ ਨੇ ਤੁਸੀਂ, ਹਮੇਸ਼ਾ ਇਹਨਾਂ ਨੂੰ ਕੁੜਤਾ ਪਜਾਮਾ ਤਾਂ ਦੇਖਿਆ ਹੋਣਾ। ਵਧੀਆ ਲੱਗ ਰਿਹਾ? ਅਰੇ ਬਹੁਤ, ਤੁਸੀਂ ਬੋਲਿਆ ਤਾਂ ਮੈਂ ਪਾ ਲਿਆ। ਵਾਹ, ਦੇਖੋ ਫੁੱਲ ਕੋਈ ਨਾ, ਆਪਣੀ ਆਪਣੀ ਕੋਈ ਫੈਮਿਲੀ ਨਿਕਲ ਆਈ ਸੀ ਪੁਣੇ, ਫਿਰ ਜਾਣਾ ਜ਼ਰੂਰੀ ਸੀ, ਫਿਰ ਮੈਂ ਕਿਹਾ ਕੁੜਤਾ ਪਜਾਮਾ ਪਾਉਂਦੇ ਹਾਂ, ਪੈਂਟ ਸ਼ਰਟ 'ਤੇ ਆ ਜਾਂਦੇ, ਸੋਰੀ ਟੀ ਸ਼ਰਟ 'ਤੇ ਜੀਨਸ। ਸੰਗਤਾਂ ਇੰਨਾ ਪਿਆਰ ਦਿੰਦੀ ਹੈ ਕਿ ਇੱਕ ਬੈਗ ਅਸੀਂ ਸਿਰਫ ਖਾਣ ਪੀਣ ਵਾਸਤੇ ਰੱਖਿਆ ਹੋਇਆ। ਮੈਂ ਕਹਿ ਦਿੱਤਾ ਸੀ, ਮੈਂ ਕਿਹਾ ਦੇਖੋ ਪਿਆਰ ਬਹੁਤ ਮਿਲਣਾ, ਟੈਚੀ ਨਾਲ ਹੀ ਰੱਖ ਲਓ, ਖਾਣ ਪੀਣ ਦੀ ਨਾਲ ਰੱਖ ਲਓ ਸਮਾਨ। ਯਾਰ ਮੇਰੇ ਗੱਲ ਬੜੀ ਵਧੀਆ ਕੀਤੀ ਤੂੰ, ਅਸੀਂ ਤਾਂ ਜਾਣਾ ਵੀ ਨਹੀਂ ਦਿੱਲੀ ਹੁਣ ਵਾਪਸੀ, ਇੱਥੋਂ ਮਲੇਸ਼ੀਆ ਸਿੱਧਾ। ਚਲੋ ਵਧੀਆ, ਨਹੀਂ ਨਹੀਂ ਵਧੀਆ ਗੱਲ, ਨਹੀਂ ਮੈਂ ਵਲੌਗ ਬੰਦ ਕਰ ਦਾਂਗਾ, ਜ਼ਿਆਦਾ ਨਹੀਂ ਆਪਣੀ 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 ਉਹ ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਇਸ ਵਕਤ ਅਸੀਂ ਹੈਗੇ ਹਾਂ ਜੀ ਹੈਦਰਾਬਾਦ, ਅਮੀਰਪੇਟ ਰੁਕੇ ਸੀਗੇ, ਇੱਥੋਂ ਹੁਣ ਅਸੀਂ ਨਾਂਦੇੜ ਹਜ਼ੂਰ ਸਾਹਿਬ ਵਾਸਤੇ। ਉਹ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਕੈਬ ਅਸੀਂ ਬੁਲਾ ਲਈ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੁੱਤੇ ਨਹੀਂ ਆ ਜੀ, ਰਾਤੀ ਅਸੀਂ ਲੇਟ ਨਾਈਟ ਆਏ ਹਾਂ ਹੈਦਰਾਬਾਦ ਤੋਂ। ਜੇ ਪਹਿਲੇ ਵਾਲਾ ਵਲੌਗ ਨਹੀਂ ਦੇਖਿਆ ਤਾਂ ਜਾ ਕੇ ਦੇਖ ਲੈਣਾ। ਸਵੇਰ ਸਵੇਰ ਦਾ ਮੌਸਮ ਬਹੁਤ ਵਧੀਆ ਹੋ ਗਿਆ ਹੈਦਰਾਬਾਦ ਦਾ। ਹੈਦਰਾਬਾਦ ਥੋੜ੍ਹਾ ਜਿਹਾ ਡਰਾਈ ਡਰਾਈ ਕਈ ਵਾਰ ਰਹਿੰਦਾ ਹੈ। ਲਾਸਟ ਟਾਈਮ ਅਸੀਂ 1 ਹਫ਼ਤੇ ਪਹਿਲਾਂ 2-4 ਦਿਨ ਪਹਿਲਾਂ ਆਏ ਸੀ, ਅਤੇ ਫਿਰ ਅਸੀਂ ਅੱਗੇ ਪੂਨੇ ਗਏ, ਅਤੇ ਫਿਰ ਵਾਪਸੀ ਹੈਦਰਾਬਾਦ। ਹੈਦਰਾਬਾਦ ਤੋਂ ਅਸੀਂ ਜਾਣਾ ਹੁਣ ਹਜ਼ੂਰ ਸਾਹਿਬ। ਅਸੀਂ ਜਿਵੇਂ ਤਿਵੇਂ ਅਸੀਂ ਨਿਕਲ ਆਏ ਹਾਂ, ਰਾਤ ਦੀ ਫਲਾਈਟ ਸੀ, ਉਹਨਾਂ ਨੇ ਗੱਡੀ ਭੇਜਣੀ ਸੀ ਪਰ ਅਸੀਂ ਮਨਾ ਕਰ ਦਿੱਤਾ ਕਿ ਬਈ ਗੱਡੀ 'ਤੇ ਨਹੀਂ, ਤੁਸੀਂ ਟ੍ਰੇਨ ਕਰਾ ਲਓ, ਜ਼ਿਆਦਾ ਵਧੀਆ ਜੀ, 6-7 ਘੰਟੇ ਦਾ ਸਫ਼ਰ ਜੇ ਆਰਾਮ ਨਾਲ ਆਰਾਮ ਕਰਕੇ ਨਿਕਲ ਜਾਏ ਤਾਂ ਮੈਨੂੰ ਲੱਗਦਾ ਉਸ ਤੋਂ ਚੰਗੀ ਕੋਈ ਗੱਲ ਨਹੀਂ ਹੋਏਗੀ। ਸੋ ਨਿਕਲ ਚੁੱਕੇ ਹਾਂ ਜੀ, ਅਤੇ ਸਵੇਰ ਦਾ ਟਾਈਮ ਹੋਇਆ 7:15। ਸਵੇਰੇ ਸਵੇਰੇ ਡੋਸਾ, ਮੈਨੂੰ ਰੁਕਣਾ ਚਾਹੀਦਾ ਸੀ ਪਰ ਰੁਕ ਕੇ। ਵਾਹ ਜੀ ਕਿਆ ਬਾਤ ਹੈ, ਸਵੇਰੇ ਸਵੇਰੇ ਚਾਹ ਮੰਗਾਈ ਹੈ ਅਸੀਂ, ਛਕਾਂਗੇ ਦੇਖਦੇ ਹਾਂ ਕਿਵੇਂ ਚਾਹ ਇਹਨਾਂ ਦੀ, ਹੈਦਰਾਬਾਦ ਦੀ ਚਾਹ। ਮੇਰੇ ਸਾਹਮਣੇ ਅਗਰ ਤੂੰ ਇਹ ਖਾਏਂਗਾ ਨਾ ਸਾਊਥ ਇੰਡੀਅਨ, ਤਾਂ ਗੱਲ ਵੱਖਰੀ ਹੋ ਜਾਣੀ ਹੈ ਫਿਰ। ਉਹ ਦੇਖੋ ਆ ਚਾਹ ਵਾਲੇ ਆ ਗਏ ਭਾਜੀ, ਚਾਹ ਟੇਸਟ ਕਰੋ ਯਾਰ, ਬਹੁਤ ਆਨੰਦ, ਇੰਨਾ ਵੱਡਾ ਕੱਪ ਹੈ, ਓਏ ਹੋਏ ਹੋਏ ਕਿਆ ਬਾਤ ਹੈ ਯਾਰ, ਬਹੁਤ ਵਧੀਆ ਚਾਹ ਬਣਾਈ ਹੈ। ਚਾਹ ਪੀਂਦੇ ਹਾਂ ਅਤੇ ਹੱਸਦੇ ਖੇਡਦੇ ਹਾਂ ਅਸੀਂ ਜਾ ਰਹੇ ਹਾਂ ਜੀ ਸਤਿਗੁਰੂ ਜੀ ਦੇ ਸਥਾਨ, ਸਤਿਗੁਰੂ ਜੀ ਦੇ ਦਰਬਾਰ। ਸੱਚੀ ਇੰਨਾ ਮਨ ਖੁਸ਼ ਹੈ ਨਾ ਕਿ ਜਿੰਨਾ ਸ਼ੁਕਰਾਨਾ ਕਰੀਏ ਨਾ ਉਨਾ ਘੱਟ ਹੈ। ਗੁਰੂ ਪਿਤਾ ਜੀ ਆਪ ਕਿਰਪਾ ਬਣਾਈ ਰੱਖਣ, ਸਫ਼ਰ ਦੇ ਵਿੱਚ ਹੈਗੇ ਹਾਂ,
ਅਤੇ ਅਗਲੇ 20-25 ਦਿਨ ਤੱਕ ਸਫ਼ਰ ਦੇ ਵਿੱਚ ਹੈ। ਪਹਿਲੇ ਵਾਲਾ ਵਲੌਗ ਨਹੀਂ ਦੇਖਿਆ ਤਾਂ ਦੇਖ ਲੈਣਾ। ਹੈਦਰਾਬਾਦ, ਅਹਿਮਦਾਬਾਦ, ਪੁਣੇ, ਅਤੇ ਇਹ ਕੰਟੀਨਿਊ ਵਲੌਗ ਹੈ ਜਿਹੜਾ ਨਾਲ ਦੇ ਨਾਲ, ਹੈ ਨਾ। ਸੋ ਕਿੱਥੇ ਬਣਾ ਪਾ ਰਹੇ, ਕਿੱਥੇ ਨਹੀਂ ਬਣਾ ਪਾ ਰਹੇ, ਪਰ ਜਿੱਥੇ ਜਿੱਥੇ ਵੀ ਤੁਹਾਨੂੰ ਦਿਖਾ ਰਹੇ ਹਾਂ, ਆਈ ਹੋਪ ਕਿ ਤੁਹਾਨੂੰ ਅੱਛਾ ਲੱਗ ਰਿਹਾ, ਸਾਰੇ ਵਲੌਗ ਵਧੀਆ ਲੱਗ ਰਹੇ ਨੇ। ਸੋ ਬਣੇ ਰਹਿਣਾ ਸਾਡੀ ਸੀਰੀਜ਼ ਦੇ ਵਿੱਚ। ਉਮੀਦ ਕਰਾਂਗੇ ਕਿ ਅੱਛੇ ਅੱਛੇ ਵਲੌਗ ਅਸੀਂ ਤੁਹਾਨੂੰ ਦੇ ਸਕਾਂਗੇ, ਦੇ ਪਾਵਾਂਗੇ, ਆਪਣੇ ਚੈਨਲ 'ਤੇ ਪਾ ਪਾਵਾਂਗੇ। ਸੋ ਬਸ ਇਹ ਕਿ ਵਲੌਗ ਜਾਂ ਤੁਸੀਂ ਦੇਖਦੇ ਹੋ ਨਾ, ਤਾਂ ਸ਼ੇਅਰ ਜ਼ਰੂਰ ਕਰਦੇ ਕਰੋ, ਤਾਂ ਕਿ ਸਾਨੂੰ ਜਿਹੜਾ ਪਿਆਰ ਅਸੀਸਾਂ ਤੁਹਾਡੀਆਂ, ਵੈਸੇ ਵੀ ਤੁਸੀਂ ਦਿੰਦੇ ਹੋ ਤਾਂ ਹੋਰ ਮਿਲ ਜਾਣ। 6-7 ਘੰਟੇ ਤੱਕ ਪਹੁੰਚ ਜਾਂਗੇ, ਸਾਡੀ ਟ੍ਰੇਨ ਜਿਹੜੀ ਹੈ ਡਿਲੇਅ ਹੋ ਗਈ ਹੈ, ਉਸ ਕਰਕੇ ਹੁਣ ਤੁਰਨਾ ਨਾ ਪਹਿਲਾਂ ਹੀ ਨਿਕਲ ਗਏ ਹਾਂ ਕਿ ਬਈ ਬਾਅਦ ਦੇ ਵਿੱਚ ਨਾ ਕੋਈ ਪ੍ਰੋਬਲਮ ਹੋ ਜੇ, ਵੀ ਉੱਥੇ ਜਾ ਕੇ ਭਾਵੇਂ ਥੋੜ੍ਹੀ ਦੇਰ ਬਹਿ ਜਾਈਏ ਨਾ, ਜ਼ਿਆਦਾ ਵਧੀਆ। ਹਵਾ ਵੀ ਠੰਡੀ ਠੰਡੀ ਹੈ ਹੈਦਰਾਬਾਦ ਦਾ। ਹੋਰ ਵੀ ਗੁਰੂ ਘਰ ਦੇ ਮਹਾਨ ਕੀਰਤਨੀ ਹੈ ਜਿਹੜੇ ਸਾਡੇ ਤੋਂ ਵੱਡੇ, ਸਾਡੇ ਤੋਂ ਬਹੁਤ ਸਤਿਕਾਰਯੋਗ ਪਿਆਰ ਵਾਲੇ, ਸਾਰੇ ਆ ਕੇ ਅਸੀਸ ਦੇ ਰਹੇ ਨੇ, ਸਾਰੇ ਆ ਕੇ ਸਤਿਗੁਰੂ ਜੀ ਦੀ ਦੇ ਨਾਲ ਸੰਗਤਾਂ ਦੀਆਂ ਅਸੀਸਾਂ ਲੈ ਰਹੇ ਨੇ। ਹਜ਼ੂਰ ਸਾਹਿਬ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਬਾਬਾ ਜੀ ਵੱਲੋਂ, ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਹੈ ਹਾਜ਼ਰੀ ਭਰਨ ਦਾ। ਗੁਰੂ ਕਿਰਪਾ ਕਰੇ, ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਵਾਂਗੇ। ਬਹੁਤ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਸਤਿਗੁਰੂ ਜੀ ਬਸ ਇਸੇ ਤਰ੍ਹਾਂ ਰਹਿਮਤਾਂ ਕਿਰਪਾ ਬਣਾਈ ਰੱਖਣ। ਦੇਖੋ ਕਿੰਨੇ ਪਿਆਰ ਵਾਲੇ ਸਾਥੀ ਨੇ, ਸਾਥੀ ਨਹੀਂ ਭਰਾ ਨੇ, ਡੋਸਾ ਲੈ ਗਿਆ ਸੁਗਾਉਣ ਵਾਸਤੇ। ਐ ਨਹੀਂ ਕਿ ਨਹੀਂ ਵੀਰ ਜੀ, ਨਹੀਂ ਮਤਲਬ ਮੈਂ ਆਖਰੀ 'ਚ ਖਾਵਾਂਗਾ। ਹਿੰਦੀ ਸਮਝਦੇ ਹੋ? ਹਿੰਦੀ ਥੋੜ੍ਹਾ ਥੋੜ੍ਹਾ ਸਮਝਦੇ ਹੋ? ਇੱਧਰ ਸਾਂਬਰ ਡੋਸਾ ਸੁਬਹਾ ਸੁਬਹਾ ਖੁੱਲ ਜਾਂਦਾ ਹੈ, ਹੈ ਨਾ। ਅੱਛਾ ਹੈ ਭਈਆ, ਕਹਿ ਰਹੇ ਅੱਛਾ ਹੈ। ਆਪਕਾ ਨਾਮ ਕਿਆ ਭਈਆ ਜੀ? ਅਸ਼ੋਕ। ਓਕੇ, ਆਪ ਹੈਦਰਾਬਾਦੀ ਹੋ? ਅੱਛਾ, ਔਰੰਗਾ। ਔਰੰਗਾਬਾਦ ਮਤਲਬ ਤੇਲੰਗਾਨਾ? ਤੇਲੰਗਾਨਾ, ਔਰੰਗਲ। ਅੱਛਾ, ਔਰੰਗਲ ਕਹਾਂ ਪੜਦਾ ਹੈ? 150। ਅੱਛਾ, ਹੈਦਰਾਬਾਦ ਸੇ 150 ਕਿਲੋਮੀਟਰ, ਠੀਕ ਹੈ। ਆਪ ਕੌਣ ਸੀ ਭਾਸ਼ਾ ਬੋਲਦੇ? ਤੇਲੰਗੂ? ਹਿੰਦੀ? ਤੇਲੰਗਾਨਾ। ਅੱਛਾ, ਹੈਦਰਾਬਾਦ ਵੀ ਤੇਲੰਗਾਨਾ? ਮੈਨੂੰ ਤਾਂ ਪਤਾ ਨਹੀਂ। ਅੱਛਾ, ਹੈਦਰਾਬਾਦ ਤੇਲੰਗਾਨਾ। ਸਭ ਪਿਆਰ ਵਾਲੇ ਨੇ, ਅਤੇ ਇੱਕ ਵੱਖਰਾ ਜਿਹਾ ਸ਼ਹਿਰ ਹੈਗਾ, ਇੱਕ ਵੱਖਰੀ ਜਿਹੀ ਖੁਸ਼ਬੂ ਹੈ ਇੱਥੇ। ਪਹੁੰਚ ਗਿਆ ਜੀ ਅਸੀਂ ਹਜ਼ੂਰ ਸਾਹਿਬ, ਅਤੇ ਇਹ ਦੇਖੋ ਜੀ ਭਾਈ ਜਗਜੀਤ ਸਿੰਘ ਬਬੀਹਾ ਸਰਾਂ 'ਤੇ ਰੁਕੇ ਹਾਂ ਜੀ, ਜੋਗਾ ਸਿੰਘ ਸਰਾਂ। ਚੱਲਦੇ ਹਾਂ ਜੀ ਪ੍ਰਸ਼ਾਦਾ ਸ਼ਗਨ ਨੂੰ, ਸਾਰੇ ਲਾਗੀ ਸਾਹਿਬਾਨ ਇੱਥੇ ਰੁਕੇ ਨੇ। ਮੇਰੇ ਪਿਆਰ ਵਾਲੇ ਦਮਨ ਸਿੰਘ ਨੇ, ਐਕਚੁਅਲੀ ਵਾਪੀ ਤੋਂ ਨੇ, ਅਤੇ ਪਹਿਲਾਂ ਬਲੌਗ ਤੁਸੀਂ ਦੇਖਿਆ ਹੋਏਗਾ, ਅਸੀਂ ਹਜ਼ੂਰ ਸਾਹਿਬ ਆਏ ਹਾਂ ਜਿੱਥੇ ਸਾਡਾ ਕੱਲ੍ਹ ਦੀ ਵਾਹਨ ਹੈਗਾ। ਅੱਜ ਇਹਨਾਂ ਦਾ ਵੀ ਫੋਨ ਆਇਆ ਸੀ, ਇਹਨਾਂ ਦਾ ਜਨਮ ਦਿਨ ਹੈ, ਪਹਿਲਾਂ ਤਾਂ ਤੁਸੀਂ ਸਾਰੇ ਵਧਾਈਆਂ ਦੇ ਦਿਓ ਨਾ, ਕਮੈਂਟਸ ਦੇ ਵਧਾਈ ਦੇ ਦਿਓ ਨਾ। ਅਤੇ ਇਹ ਇੱਥੇ ਆਏ ਸੀ ਅਤੇ ਇਹਨਾਂ ਨੇ ਕੰਟੈਕਟ ਕਰਤਾ ਕਿ ਮਿਲਣਾ ਬਹਿਣਾ, ਅਸੀਂ ਕਾਫੀ ਵਾਰ ਪੀ ਗਏ ਹਾਂ, ਅਤੇ ਹੁਣ ਆਪਣੇ ਜਿੱਥੇ ਸਮਾਗਮ ਹੈਗਾ। ਕਿੰਨਾ ਵਧੀਆ ਸਜਾਇਆ ਹੋਇਆ ਮਹਾਰਾਜ ਜੀ ਕਿਰਪਾ ਨਾਲ, ਹਜ਼ੂਰ ਸਾਹਿਬ ਦੇ ਬਿਲਕੁਲ। ਗੁਰੂ ਗ੍ਰੰਥ ਸਾਹਿਬ ਭਵਨ, ਇਹ ਗੁਰੂ ਗ੍ਰੰਥ ਸਾਹਿਬ ਭਵਨ ਜਿੱਥੇ ਕੱਲ੍ਹ ਦੇ ਦੀਵਾਨ, ਕੱਲ੍ਹ ਦੇ ਨਹੀਂ ਮੇਰੇ ਖਿਆਲ 3-4 ਦਿਨ ਦੀਵਾਨ ਇੱਥੇ ਨੇ, ਸਾਰੇ ਦੀਵਾਨ ਇੱਥੇ ਨੇ 3-4 ਦਿਨ ਦੀਵਾਨ, ਅਤੇ ਦੂਰੋਂ ਕਿੱਥੋਂ ਕਿੱਥੋਂ ਸੰਗਤ ਆਈ। ਦੇਖੋ ਇਹ ਤਾਂ ਵਾਪੀ ਤੋਂ ਆਏ ਨੇ, ਬਹੁਤ ਦੂਰੋਂ ਸੰਗਤ ਆਈ ਹੈ, ਅਤੇ ਬਹੁਤ ਹੋਮ ਹੋਮ ਆ ਕੇ ਸੰਗਤਾਂ ਨੇ ਆਉਣਾ। ਗੁਰੂ ਕਿਰਪਾ ਕਰੇ, ਬਸ ਇਹ ਕਹਿ ਲਓ ਕਿ ਸਾਡਾ ਡਰੀਮ ਕਮ ਟਰੂ ਹੈ। ਸ਼ੁਕਰਾਨਾ ਸੱਚੇ ਪਾਤਸ਼ਾਹ ਦਾ
ਇੰਨੇ ਵੱਡੇ ਸਥਾਨ ਤੇ ਹਾਜ਼ਰ ਹੈ। ਕਿਉਂ ਭਾਅ ਜੀ, ਇਸ ਤੋਂ ਵੱਡੀ ਗੱਲ ਕੋਈ ਨਹੀਂ। ਬੜੀ ਖੁਸ਼ੀ ਹੋ ਰਹੀ ਹੈ, ਬਹੁਤ ਖੁਸ਼ੀ ਹੈ, ਬੈਠੀ ਹੈ। ਹਾਂ ਸੱਚੀ ਹੈ, ਦੇਖ ਕੇ ਨਾ ਤਾਂ ਲੱਗ ਰਿਹਾ ਕਿ ਬਸ ਹੁਣ ਕਦ ਬੈਠੀ ਹੈ। ਹਾਲੇ ਜੋ ਅਸੀਂ ਇੱਥੇ ਦੇਖ ਰਹੇ ਹਾਂ ਜਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ, ਬਹੁਤ ਫਰਕ ਹੈ। ਵੀਡੀਓ ਬਣ ਰਹੀ ਹੈ, ਬਿਲਕੁਲ ਬਹੁਤ ਫਰਕ ਹੈ, ਮਤਲਬ ਬਿਆਨ ਨਹੀਂ ਕਰ ਸਕਦੇ। ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ। ਅੰਮ੍ਰਿਤਸਰ ਦਾ ਸਮਾਂ ਹੋ ਰਿਹਾ ਜੀ 2:30, ਤੇ ਉਮੀਦ ਕਰਾਂਗਾ ਕਿ ਤੁਸੀਂ ਵਲੌਗ ਦੇ ਵਿੱਚ ਬਣੇ ਰਹੋਗੇ। ਬਹੁਤ ਚੰਗਾ ਲੱਗ ਰਿਹਾ, ਸਾਥੀ ਤਿਆਰ ਹੋ ਗਏ ਨੇ ਸਾਰੇ, ਅਸੀਂ ਇਕੱਠੇ ਰਲ ਮਿਲ ਕੇ ਜਾ ਰਹੇ ਹਾਂ। ਵਾਹ ਜੀ ਵਾਹ। ਹਾਂ ਇਹ ਜੀ ਭਾਈ ਜੋਗਾ ਸਿੰਘ ਜੀ ਭਵਨ 'ਚ ਅਸੀਂ ਰੁਕੇ ਹੋਏ ਹਾਂ, ਅਤੇ ਰਸਤਾ ਹੈ ਜੀ ਹਜ਼ੂਰ ਸਾਹਿਬ ਜਾਣ ਨੂੰ, ਤਖ਼ਤ ਸ਼੍ਰੀ ਹਜ਼ੂਰ ਸਾਹਿਬ। ਇਸ ਰਾਤ ਅਸੀਂ ਜਾ ਰਹੇ ਹਾਂ, ਬਹੁਤ ਚੰਗੀ ਵਾਈਬ੍ਰੇਸ਼ਨ ਜਿਹੜੀ ਹੈ ਨਾ ਅੰਮ੍ਰਿਤ ਵੇਲੇ, ਉਹ ਖੁਸ਼ਬੂ ਜਿਹੜੀ ਹੈ ਉਹ ਆ ਜਾਂਦੀ ਹੈ। ਸੋ ਬਹੁਤ ਕਿਰਪਾ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਜੋ ਤੁਹਾਨੂੰ ਵਲੌਗ ਦੇ ਵਿੱਚ ਪਹਿਲਾਂ ਦਿਖਾਇਆ, ਉਸ ਸਾਈਡ ਸਵੇਰੇ ਸਵੇਰੇ ਸਾਡਾ, ਉਸ ਸਾਈਡ ਨੂੰ ਇੱਕ ਵਾਰੀ ਉਹ ਦਿਖਾ ਦਿਓ, ਉਸ ਸਾਈਡ ਨੂੰ ਸਾਡਾ ਸਮਾਗਮ ਹੈਗਾ ਜੀ, ਇੱਥੋਂ ਤਾਂ ਨਹੀਂ ਦਿਖ ਰਿਹਾ, ਇੱਥੇ ਭਾਅ ਜੀ, ਇੱਥੇ ਜੀ ਇੱਥੇ। ਸੋ ਦੇਖੋ ਇਹ ਗਲੀਆਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀਆਂ, ਜਿਹੜੇ ਹਜ਼ੂਰ ਸਾਹਿਬ ਤੋਂ ਪਹਿਲਾਂ ਜਿੱਥੋਂ ਅਸੀਂ ਲੰਘਦੇ ਹਾਂ, ਜਿੱਥੋਂ ਸੰਗਤਾਂ ਅੰਮ੍ਰਿਤ ਵੇਲੇ ਦਰਸ਼ਨ ਕਰਨ ਜਾਂਦੀਆਂ ਨੇ ਸਤਿਗੁਰੂ ਜੀ ਦੇ, ਅਤੇ ਗਾਗਰ ਵਾਸਤੇ ਸੰਗਤ ਨਿਕਲ ਚੁੱਕੀ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਤਖ਼ਤ ਸ਼੍ਰੀ ਹਜ਼ੂਰ ਸਾਹਿਬ। ਇਹ ਗਾਗਰ ਵਾਸਤੇ ਸੰਗਤਾਂ ਜਾ ਰਹੀਆਂ ਨੇ ਜੀ, ਦੇਖੋ ਕਿਹੋ ਮਾਹੌਲ ਬਣਿਆ। ਬਾਬਾ ਜੀ ਜਾ ਰਹੇ ਨੇ ਅੱਗੇ, ਸਵੇਰੇ ਸਵੇਰੇ ਮੈਗੀ ਖਾਣ ਦਾ ਆਨੰਦ, ਸਿਰਫ ਅਸੀਂ ਤਿੰਨੋਂ ਹੀ ਜਾਣ ਰਹੇ ਹਾਂ, ਕਿਹੋ ਆਨੰਦ ਹੈ। ਬਹੁਤ ਵਧੀਆ ਜੀ, ਬਹੁਤ ਆਨੰਦ ਆ ਰਿਹਾ। ਤਾਂ ਟਾਈਮ ਦੇਖੋ 4:40 ਹੋ ਗਏ, 5 ਵੱਜ ਗਏ ਨੇ, ਬਸ ਹੁਣ ਮੈਗੀ ਖਾ ਕੇ ਅਸੀਂ ਹੁਣ ਦਰਸ਼ਨ ਕਰ ਲਏ ਨੇ ਮਹਾਰਾਜ ਦੇ, ਜਾ ਕੇ ਆਰਾਮ ਕਰਾਂਗੇ, ਅਤੇ ਫਿਰ ਕੱਲ੍ਹ ਦੁਪਹਿਰ ਦਾ ਵੇਰਵਾ ਇੱਦਾਂ ਕਿ ਬਈ ਅਸੀਂ ਸ਼ੋਪਿੰਗ ਕਰਨ ਜਾਣਾ, ਥੋੜ੍ਹੀ ਬਹੁਤ ਦੇਖਦੇ ਹਾਂ, ਕੁੜਤੇ ਪਜਾਮੇ ਲੈਣੇ ਨੇ, ਅਸੀਂ ਅੱਧ ਦੂਰੀ ਸ਼ੋਪਿੰਗ ਕਰਕੇ ਆਏ ਪਏ ਹਾਂ। ਮਿਲਦੇ ਹਾਂ ਜੀ ਨਾਲ ਦੇ ਨਾਲ ਬਣੇ ਲੈਣਾ।